ਜਿਹੜਾ ਕਲਮੇ ਦਾ ਵਿਰਦ ਪਕਾਵੇਗਾ ਉਹ ਤੇ ਕਿਸੇ ਦੀ ਇੱਜ਼ਤ ਨਹੀਂ ਲਾਵੇਗਾ। ਜਿਹੜਾ ਕਲਮੇ ਦਾ ਵਿਰਦ ਪਕਾਵੇਗਾ ਉਹ ਫੇਸਬੁੱਕ ਫਰੈਂਡ ਨਹੀਂ ਬਣਾਵੇਗਾ। ਜਿਹੜਾ ਕਲਮੇ ਦਾ ਵਿਰਦ ਪਕਾਵੇਗਾ ਉਹ ਤੇ ਸਿੱਧਾ ਹੀ ਜਨਤਾ ਜਾਵੇਗਾ, ਨਾਲੇ ਜੰਨਤੀ ਮੇਵੇ ਖਾਵੇਗਾ। ਜਿਹੜਾ ਕਲਮੇ ਤੋਂ ਮੁੱਖ ਪਰਤਾਵੇਗਾ, ਜਿਹੜਾ ਗੈਰ ਮਹਿਰਮ ਫਰੈਂਡ ਬਣਾਵੇਗਾ, ਫੇਸਬੁੱਕ ਤੇ ਆਈਡੀ ਪ੍ਰੋਫਾਈਲ ਪਿਕਚਰ ਲਗਾਵੇਗਾ, ਵਾਲਪੇਪਰ ਸਕਰੀਨ ਸੇਵਰ ਬਣਾਵੇਗਾ, ਬਾਹਾਂ ਤੇ ਬਲੇਟ ਨਾਲ ਨਾ ਲਿਖਾਵੇਗਾ, ਦਿਨ ਹਸ਼ਰ ਨੂੰ ਉਹ ਪਛਤਾਵੇਗਾ। ਫੜ ਲਾਏ ਹਾਂ ਹੱਕ ਲਾਏ ਲਾਹਾ ਜਾਂਦਾ ਬਜ਼ੁਰਗਾਂ ਨੇ ਅਰੇ ਕੱਢੇ ਨੇ ਗੱਲਾਂ ਦੇ ਕਹਿੰਦੇ ਨੇ ਜ਼ਰਾ ਧਿਆਨ, ਜੇ ਰੱਬ ਮਿਲਦਾ ਕਿਉਂ ਨਾਤਿਆਂ ਤੋਤਿਆਂ ਤਾਂ ਮਿਲਦਾ ਡੱਡੀਆਂ ਮੱਛੀਆਂ ਹੋ ਜੇ ਰੱਬ ਮਿਲਦਾ ਹੋ ਜੱਤੀਆਂ ਸਤੀਆਂ ਤਾਂ ਮਿਲਦਾ ਬਲਦਾ ਖਸੀਆਂ, ਜੇ ਰੱਬ ਮਿਲਦਾ ਮੋਨ ਮਨਾਇਆ ਤਾਂ ਮਿਲਦਾ ਪੇਡਾਂ ਸਸੀਆਂ, ਬਾਹੂ ਰੱਬੀ ਤਿਨਾ ਨੂੰ ਮਿਲਦਾ ਉਹ ਨੀਯਤਾਂ ਜਿਲਾਂ ਦੀਆਂ ਅੱਛੀਆਂ। ਹੁਣ ਜਿਹੜੇ ਜੋ ਲੜਕੇ ਦੀ ਬਾਂਹ 'ਤੇ ਨਾਂ ਲਿਖਿਆ ਹੋਵੇ ਕਿਸੇ ਲੜਕੀ ਦਾ ਬਲੇਟ ਨਾਲ, ਅੱਲਾ ਨਾ ਕਰੇ ਜਵਾਨੀ 'ਚ ਤੁਰ ਜਾਏ ਅਤੇ ਕਬਰ 'ਚ ਜਦੋਂ ਫਰਿਸ਼ਤੇ ਆਣ ਕੇ ਆਖਣਾ ਮਰ ਰੱਬੂ ਕਾ, ਅਤੇ ਜਦੋਂ ਬਾਂਹ ਵੇਖਣੀ ਉਹਨਾਂ ਆਉਣਾ ਤਾਂ ਇੰਟਰਨੈਸ਼ਨਲ ਬਗੈਰਤਾ ਨਹੀਂ, ਬਿਲਕੁਲ ਸਹੀ ਸੱਚੀ ਗੱਲ ਕੀਤੀ ਹੈ। ਉਹਨਾਂ ਆਖਣਾ ਇਹਦੇ ਹਿਸਾਬ ਕੀ ਕਰਨਾ, ਇਹ ਤਾਂ ਮੋਹਰ ਨਾਲ ਲਿਆਂਦੀ ਸੀ। ਕਈ ਏਡੇ ਅੰਤਰੇ ਨੇ ਮੋਟਰਸਾਈਕਲਾਂ ਦੀਆਂ ਲਾਈਟਾਂ ਦੇ ਮਗਰ ਲਿਖਿਆ, ਉੱਤੇ ਲਿਖਿਆ ਆਉਂਦਾ ਜਾਨੂ ਤੇਰੇ ਮਗਰ ਰੁਲ ਤੇ ਗਿਆ ਪਰ ਚੱਸ ਬੜੀ ਆਈ ਹੈ, ਬਗੈਰ ਤਾਂ ਨਾ ਹੋਵੇ, ਨਾਲੇ ਰੁਲ ਗਿਆ ਨਾਲੇ ਤੈਨੂੰ ਚੱਸ ਆਈ, ਉਹ ਰੁਲਣ ਦੀ ਵੀ ਕੋਈ ਚੱਸ ਹੁੰਦੀ ਹੈ। ਹਾਂ ਨਹੀਂ ਗੱਲ ਸਿੱਧੀ ਹੈ, ਕਿਉਂ ਜੀ ਮੁਜ਼ੰਮਲ ਸਾਹਿਬ ਗੱਲ ਹੀ ਸਹੀ, ਕਿਉਂ ਜੀ ਕਾਲੀ ਸਾਹਿਬ ਇੰਝ ਨਹੀਂ ਹੋਏ। ਤੇਰੀ ਮਾਂ ਦੇ ਜਜ਼ਬਾਤ ਕੀ ਹੋਣਗੇ ਜਦੋਂ ਤੂੰ ਮੋਟਰਸਾਈਕਲ ਦੀ ਲਾਈਟ 'ਤੇ ਲਿਖ ਕੇ ਘਰ ਗੱਡੀ ਖਿਲਾਰਨਾ, ਤੇਰੀ ਭੈਣ ਵੇਖ ਕੇ ਕੀ ਆਉਂਦੇਗੀ, ਮੇਰੇ ਭਰਾ ਦੀ ਗਿਰਤ ਕਿੱਥੇ ਚਲੇਗੀ, ਕਦੀ ਸੋਚਿਆ, ਕਦੀ ਫਿਕਰ ਕੀਤਾ। ਆ ਟਰੋਜ਼ਰ ਪਾ ਕੇ ਮਸੀਤੇ ਫਿਰਦੇ ਪੈ ਜੇ, ਇਹ ਟਰੋਜ਼ਰ ਪਾ ਕੇ ਕਿਤੇ ਡੀ ਆਈ ਜੀ ਦੇ ਘਰ ਜਾਇਆ ਜੇ, ਹੱਕ ਇਸਕਾਂ ਫਿਰ ਫਿਰ ਕੇ ਆਲੂਆਂ ਵਾਲੀ ਜ਼ਮੀਨ ਬਣੀ ਪਈ ਹੈ। ਮੈਂ ਸਹੀ ਹਾਂ, ਕਈਆਂ ਨੂੰ ਰੋਜ਼ ਬਾਂਹ ਬਾਂਹ ਹੁੰਦੀ ਹੈ, ਉੱਥੇ ਬੜੇ ਬੜਿਆਂ ਦੇ ਰਾਤ ਨਿਕਲਦੇ ਨੇ, ਬੜੇ ਬੜੇ ਫਸੇ ਪਏ ਨੇ ਕਬਰਾਂ 'ਚ, ਕਹਿੰਦੀ ਕਬਰ ਗਾਂ ਪਲਾਵੇ ਹੁਣੀਆਂ ਕੜੀ ਦੀ ਕੜੀ। ਕਿੰਨੇ ਬੰਦੇ ਵਾਅਦਾ ਕਰਦੇ ਨੇ ਅਸੀਂ ਆਪਣੀਆਂ ਧੀਆਂ ਅਤੇ ਭੈਣਾਂ ਦਾ ਹੱਕ ਦੇ ਕੇ ਮਰਾਂਗੇ। ਮੈਂ ਕੈਮਰੇ 'ਚ ਲਿਆ ਜ਼ਰਾ ਜੱਟ ਫਸੇ ਹੀ, ਜ਼ਰਾ ਮਾਰੀ ਮਾਰੀ ਕੈਮਰਾ ਮਾਰ, ਕੈਮਰਾ ਮਾਰ, ਛੇਤੀ 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 ਹੈ, ਬੜੀ ਡਾਢੀ ਹੈ, ਛੇਤੀ ਕਰੀ ਹੈ। ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਸ਼ੁਕਰ ਸਾਰਿਆਂ ਨੂੰ। ਇੱਧਰ ਵੀ ਇੱਧਰ ਪਰਲੀ ਨੁੱਕਰ 'ਚ ਬਾਬੇ ਬੈਠੇ ਨੇ, ਲਿਆ ਬਾਬਿਆਂ ਨੂੰ ਵਿੱਚ ਲਿਆ ਜ਼ਰਾ, ਬਾਬਿਆਂ 'ਤੇ ਕਲੋਜ਼ ਕਰਕੇ ਕੈਮਰਾ ਮਾਰੀ, ਕਦੇ ਮੁਕਰਨ ਨਾ, ਦਾਲਚ 'ਚ ਵੀ ਕੰਮ ਆਏਗਾ ਹੱਥ ਖੜਾ। ਮਾਸ਼ਾ ਗੱਲ ਤਾਂ ਬਣ ਗਈ ਹੈ ਨਾ, ਕਹਿੰਦੇ ਕਬਰ ਗਾ ਪਲਾਵੇ ਸੁਣੀਆਂ ਕੜੀ ਦੀ। ਇਹ ਡਸਕੇ ਦਾ ਇੱਕ ਜੱਟ ਮੇਰਾ ਬੇਲੀਏ, ਮੈਂ ਰੋਜ਼ਾ ਰਸੂਲ ਦੇ ਕੋਲ ਬੈਠਾ ਸਾਂ ਅਤੇ ਮੇਰੇ ਕੋਲ ਬਹਿ ਗਿਆ ਜਾ ਕੇ, ਅਤੇ ਉਹਦਾ ਨਾਮ ਹੀ ਗੁਲਾਮ ਮੁਸਤਫਾ ਏ। ਆਂਦਾ ਮਦਨੀ ਸਾਹਿਬ ਤੁਹਾਡੀ ਤਕਰੀਰ ਸੁਣ ਕੇ ਮੈਂ ਆਪਣੀਆਂ ਬੇਟੀਆਂ ਨੂੰ 8 ਕਿੱਲਿਆਂ ਦੇ ਵਿੱਚੋਂ ਹਿੱਸਾ ਦਿੱਤਾ ਹੈ, ਮੈਂ ਦਾਤਰੀਆਂ ਦਾ ਵੀ ਮੁੱਲ ਪਾਇਆ ਹੈ, ਕਿਉਂਕਿ ਤੁਸੀਂ ਮਸਲਾ ਕੀਤਾ ਸੀ ਅਗਰ ਘਰ 'ਚ ਇੱਕ ਮਾਚਿਸ ਵੀ ਪਈ ਏ, ਦਾਤਰੀ ਪਈ ਏ, ਜਿੰਦਰਾ
ਪਿਆ ਵੱਟਾਂ ਪਾਉਣ ਵਾਲਾ। ਅਗਰ ਬੰਦੇ ਨੇ ਫੜ ਕੇ ਇੱਕ ਪੁੱਤਰ ਨੂੰ ਹੰਮੇ ਨਾ ਦੇਤਾ ਹੈ ਤੇ ਜਨਮ ਜਾਣ ਵਾਸਤੇ ਉਹ ਜਿੰਦਰਾ ਤੇ ਦਾਤਰੀ ਕਾਫੀ ਹੈ। ਮਾਚਸ ਦੀ ਡੱਬੀ 'ਚ 80 ਤੀਲਾਂ ਨੇ ਨਾ ਤੇ ਤੂੰ ਉਹ ਵੀ ਵੰਡ ਕੇ ਦੇਣ ਦਾ ਹੱਕਦਾਰ ਆ। ਸ਼ਰੀਅਤ ਨੇ ਜਿੱਥੇ ਹੱਦ ਲਾਤੀ ਮੇਰੇ ਨਬੀ ਨੇ, ਤੂੰ ਨਹੀਂ ਵੱਧ ਸਕਦਾ। ਜਿਹੜੀ ਲਕੀਰ ਤੂੰ ਲਾਵੇਂ ਪਿੰਡ ਚਾਹਨਾ ਇੱਥੋਂ ਲੰਘ, ਮੈਂ ਗੋਲੀ ਨਾ ਮਾਰਾਂ ਤੇ ਆਪਣੇ ਅੱਬੇ ਦਾ ਨਹੀਂ। ਤੇ ਜੇ ਤੇਰੀ ਲਕੀਰ ਵਾਈ ਲੰਘ ਜਾਵੇ ਤੇ ਤੂੰ ਉਹਨੂੰ ਠੋਕ ਦੇਣਾ ਹੈ। ਤੇ ਜਿਹੜਾ ਰੱਬ ਰਸੂਲ ਦੀ ਵਾਈ ਲਕੀਰ ਲੰਘੇ, ਇਨ ਅੱਲਾਹ ਲਾ ਯੁਹਿੱਬੁਲ ਮੁਅਤਦੀਨ, ਅੱਲਾਹ ਕਹਿੰਦਾ ਮੈਂ ਉਹਦੇ ਨਾਲ ਮੁਹੱਬਤ ਹੀ ਨਹੀਂ ਕਰਦਾ ਜਿਹੜਾ ਮੇਰੀਆਂ ਹੱਦਾਂ ਤੋੜਦਾ।